ਪਾਕ ਅੰਤਰਰਾਸ਼ਟਰੀ ਬਾਰਡਰ ਤੇ ਅੱਜ ਫਿਲਮੀ ਅਦਾਕਾਰ ਸ਼ਿਲਪਾ ਸ਼ੈਟੀ ਜਿਹੜੇ ਆ ਫਿਰੋਜ਼ਪੁਰ ਹੁਸੈਨੀ ਵਾਲਾ ਬਾਰਡਰ ਤੇ ਪਹੁੰਚੇ ਤੇ ਉੱਥੇ ਉਹਨਾਂ ਨੇ ਰੀਟਰੀਟ ਜਿਹੜੀ ਆ ਉਹ ਦੇ ਪੰਜਾਬ 'ਚ ਉਦੋਂ ਤੋਂ ਰਿਸ਼ਵਤਖੋਰੀ ਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ। ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ, ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ। ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ। ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਹੋਰ ਗਿਫਟ ਮੰਗਦਾ ਜਾਂ ਕਿਸੇ ਕਿਸਮ ਦਾ ਵੀ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਤਾਂ ਕਿਰਪਾ ਕਰਕੇ ਇਹੋ ਜਿਹੇ ਝਾਂਸਿਆਂ 'ਚ ਨਾ ਆਇਓ, ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਬਣਾਉਣਾ ਔਰ ਲੱਗੇ ਹੋਏ ਹਾਂ, ਦਿਨ ਰਾਤ ਲੱਗੇ ਹੋਏ ਹਾਂ। ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ। ਜੇ ਆ ਹੈਲਪ ਸੈਂਟਰ 'ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ। ਜ਼ਰੂਰ ਦੱਸੋ, ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ, ਕਿਸੇ ਨੂੰ ਨਹੀਂ ਦੱਸਿਆ ਜਾਊਗਾ। ਦੇਖੀ ਕਿਉਂਕਿ ਉਹਨਾਂ ਦਾ ਸੀਗਾ ਵੀ ਪ੍ਰੋਗਰਾਮ ਵੀ ਰੀਟਰੀਟ ਦੇਖਣ ਦਾ, ਤਾਂ ਜੋ ਭਾਰਤ ਪਾਕ ਦੇ ਜਿਹੜੇ ਇੱਥੇ ਲੋਕ ਬੈਠੇ ਆ ਉਹ ਕਿਸ ਤਰ੍ਹਾਂ ਰੀਟਰੀਟ ਦੇ ਕੇ ਵੀ ਆਪਣੀਆਂ ਜਿਹੜੀਆਂ ਖੁਸ਼ੀਆਂ ਉਹ ਸਾਂਝੀਆਂ ਕਰਦੇ ਆ। ਇਸ ਮੌਕੇ 'ਤੇ ਸ਼ਿਲਪਾ ਸ਼ੈਟੀ ਨੇ ਵੀ ਲੋਕਾਂ ਦੇ ਨਾਲ ਜਿਹੜੇ ਉੱਥੇ ਸੈਲਾਨੀ ਆਏ ਹੋਏ ਸੀ ਉਹਨਾਂ ਦੇ ਨਾਲ ਆਪਣੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਅਤੇ ਉੱਥੇ BSF ਦੇ ਜਿਹੜੇ ਜਵਾਨ ਵੀ ਮੌਜੂਦ ਸੀ ਉਹਨਾਂ ਨੇ ਆਪਣੇ ਉਹਨਾਂ ਦੇ ਨਾਲ ਸੈਲਫੀਆਂ ਵੀ ਜਿਹੜੇ ਖਿਚਵਾਉਂਦੇ ਉਹ ਸਾਫ਼ ਤੌਰ 'ਤੇ ਦਿਖਾਈ ਦੇ ਰਹੇ ਸੀ। ਇਸ ਮੌਕੇ 'ਤੇ ਭਾਵੇਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ ਲੇਕਿਨ ਇਹ ਦਿਖਾਈ ਦੇ ਰਿਹਾ ਸੀ ਕਿ ਵੀ ਉਹ ਬੜੇ ਖੁਸ਼ੀ ਦੇ ਨਾਲ ਜਿਹੜੇ ਇਸ ਮੌਕੇ 'ਤੇ ਸਰਹੱਦੀ ਇਲਾਕੇ ਫਿਰੋਜ਼ਪੁਰ ਹੁਸੈਨੀਵਾਲਾ ਵਿੱਚ ਪਹੁੰਚੇ ਨੇ ਅਤੇ ਉੱਥੇ ਜਿਹੜੀ ਰੀਟਰੀਟ ਦੇਖੀ ਆ ਜਵਾਨਾਂ ਦੇ ਹੌਸਲੇ ਵੀ ਵਧਾਏ ਨੇ ਅਤੇ ਲੋਕਾਂ ਵੱਲ ਵੀ ਦੇਖ ਕੇ ਵੀ ਕਾਫੀ ਖੁਸ਼ੀ ਵੀ ਆਨੰਦ ਵੀ ਮਹਿਸੂਸ ਕੀਤਾ ਕਿਉਂਕਿ ਇਸ ਮੌਕੇ ਦੇ ਉੱਤੇ ਜਿੱਥੇ ਜਵਾਨ ਵੀ ਬੜੀ ਮੁਸਤੈਦੀ ਦੇ ਨਾਲ ਜਿਹੜੇ ਆ ਵੀ ਉਹ ਆਪਣੀ ਉਹ ਕਿੰਨਾ ਪਰੇਡ ਨੂੰ ਜਿਹੜਾ ਅੰਜਾਮ ਦਿੰਦੇ ਦਿਖਾਈ ਦਿੱਤੇ ਅਤੇ ਇਸ ਮੌਕੇ 'ਤੇ ਜਦੋਂ ਹਿੰਦੁਸਤਾਨ ਪਾਕਿਸਤਾਨ ਦਾ ਜਦੋਂ ਝੰਡਾ ਵੀ ਉਤਾਰਨ ਦੀ ਰਸਮ ਵੀ ਜਿਹੜੀ ਉਹ ਪੂਰੀ ਕੀਤੀ ਜਾਂਦੀ ਆ ਉਸ ਨੂੰ ਵੇਖ ਕੇ ਵੀ ਕਾਫੀ ਜਿਹੜੇ ਪ੍ਰਸੰਨ ਜਿਹੜੇ ਸ਼ਿਲਪਾ ਸ਼ੈਟੀ ਉੱਥੇ ਪਹੁੰਚੇ ਉਹ ਦਿਖਾਈ ਦਿੱਤੇ ਅਤੇ ਲੋਕਾਂ ਦੇ ਨਾਲ ਸੈਲਫੀਆਂ ਵੀ ਖਿਚਾਉਂਦੇ ਦਿਖਾਈ ਦਿੱਤੇ ਅਤੇ ਜਿਹੜੇ BSF ਦੇ ਜਵਾਨ ਸੀ ਉਹਨਾਂ ਦੇ ਨਾਲ ਵੀ ਫੋਟੋਆਂ ਜਿਹੜੀਆਂ ਖਿਚਾਉਂਦੇ ਉਹ ਤਸਵੀਰਾਂ ਵਿੱਚ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ ਫਰੰਟ। ਦੇਖੀ ਕਿਉਂਕਿ ਉਹਨਾਂ ਦਾ ਸੀਗਾ ਵੀ ਪ੍ਰੋਗਰਾਮ ਵੀ ਰੀਟਰੀਟ ਦੇਖਣ ਦਾ, ਤਾਂ ਜੋ ਭਾਰਤ ਪਾਕ ਦੇ ਜਿਹੜੇ ਇੱਥੇ ਲੋਕ ਬੈਠੇ ਆ ਉਹ ਕਿਸ ਤਰ੍ਹਾਂ ਰੀਟਰੀਟ ਦੇਖ ਕੇ ਵੀ ਆਪਣੀਆਂ ਜਿਹੜੀਆਂ ਖੁਸ਼ੀਆਂ ਉਹ ਸਾਂਝੀਆਂ ਕਰਦੇ ਆ। ਇਸ ਮੌਕੇ 'ਤੇ ਸ਼ਿਲਪਾ ਸ਼ੈਟੀ ਨੇ ਵੀ ਲੋਕਾਂ ਦੇ ਨਾਲ ਜਿਹੜੇ ਉੱਥੇ ਸੈਲਾਨੀ ਆਏ ਹੋਏ ਸੀ ਉਹਨਾਂ ਦੇ ਨਾਲ ਆਪਣੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਅਤੇ ਉੱਥੇ BSF ਦੇ ਜਿਹੜੇ ਜਵਾਨ ਵੀ ਮੌਜੂਦ ਸੀ ਉਹਨਾਂ ਨੇ ਆਪਣੇ ਉਹਨਾਂ ਦੇ ਨਾਲ ਸੈਲਫੀਆਂ ਵੀ ਜਿਹੜੇ ਖਿਚਵਾਉਂਦੇ ਉਹ ਸਾਫ਼ ਤੌਰ 'ਤੇ ਦਿਖਾਈ ਦੇ ਰਹੇ ਸੀ। ਇਸ ਮੌਕੇ 'ਤੇ ਭਾਵੇਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ ਲੇਕਿਨ ਇਹ ਦਿਖਾਈ ਦੇ ਰਿਹਾ ਸੀ ਕਿ ਵੀ ਉਹ ਬੜੇ ਖੁਸ਼ੀ ਦੇ ਨਾਲ ਜਿਹੜੇ ਇਸ ਮੌਕੇ 'ਤੇ ਸਰਹੱਦੀ ਇਲਾਕੇ ਫਿਰੋਜ਼ਪੁਰ ਹੁਸੈਨੀਵਾਲਾ ਵਿੱਚ ਪਹੁੰਚੇ ਨੇ ਅਤੇ ਉੱਥੇ ਜਿਹੜੀ ਰੀਟਰੀਟ ਦੇਖੀ ਆ ਜਵਾਨਾਂ ਦੇ ਹੌਸਲੇ ਵੀ ਵਧਾਏ ਨੇ ਅਤੇ ਲੋਕਾਂ ਵੱਲ ਵੀ ਦੇਖ ਕੇ ਵੀ ਕਾਫੀ ਖੁਸ਼ੀ ਵੀ ਆਨੰਦ ਵੀ ਮਹਿਸੂਸ ਕੀਤਾ ਕਿਉਂਕਿ ਇਸ ਮੌਕੇ ਦੇ ਉੱਤੇ ਜਿੱਥੇ ਜਵਾਨ ਵੀ ਬੜੀ ਮੁਸਤੈਦੀ ਦੇ ਨਾਲ ਜਿਹੜੇ ਆ ਵੀ ਉਹ ਆਪਣੀ ਉਹ ਕਿੰਨਾ ਪਰੇਡ ਨੂੰ ਜਿਹੜਾ ਅੰਜਾਮ ਦਿੰਦੇ ਦਿਖਾਈ ਦਿੱਤੇ ਅਤੇ ਇਸ ਮੌਕੇ 'ਤੇ ਜਦੋਂ ਹਿੰਦੁਸਤਾਨ
ਪਾਕਿਸਤਾਨ ਦਾ ਜਿਹੜਾ ਝੰਡਾ ਵੀ ਉਤਾਰਨ ਦੀ ਰਸਮ ਵੀ ਜਿਹੜੀ ਉਹ ਪੂਰੀ ਕੀਤੀ ਜਾਂਦੀ ਆ, ਉਸ ਨੂੰ ਵੇਖ ਕੇ ਵੀ ਕਾਫੀ ਜਿਹੜੇ ਪ੍ਰਸੰਨ ਜਿਹੜੇ ਸ਼ਿਲਪਾ ਸ਼ੈਟੀ ਉੱਥੇ ਪਹੁੰਚੇ ਉਹ ਦਿਖਾਈ ਦਿੱਤੇ ਅਤੇ ਲੋਕਾਂ ਦੇ ਨਾਲ ਸੈਲਫੀਆਂ ਵੀ ਖਿਚਾਉਂਦੇ ਦਿਖਾਈ ਦਿੱਤੇ ਅਤੇ ਜਿਹੜੇ BSF ਦੇ ਜਵਾਨ ਸੀ ਉਹਨਾਂ ਦੇ ਨਾਲ ਵੀ ਫੋਟੋਆਂ ਜਿਹੜੀਆਂ ਖਿਚਾਉਂਦੇ ਉਹ ਤਸਵੀਰਾਂ ਵਿੱਚ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ ਫਰੋਜ਼। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और WhatsApp चैनल पर।